ਸਰਕਾਰਾਂ ਕਦੋਂ ਬਦਲਣਗੀਆਂ? ਸਰਕਾਰ ਉਹ ਵੀ ਸਾਡਾ ਹੀ ਹਿੱਸਾ ਹੈ, ਸਾਡੇ ਹੀ ਬੰਦੇ ਨੇ ਸਾਰੇ, ਸਾਡੇ ਹੀ ਭਰਾ ਐਮਐਲਏ ਬਣੇ ਨੇ। ਇਹਦਾ ਮਤਲਬ ਸਮਾਜ ਦਾ ਹਿੱਸਾ ਸਰਕਾਰ ਹੈ, ਤੇ ਜਿੱਦਣ ਸਮਾਜ ਬਦਲੇਗਾ ਉਦਣ ਹੀ ਸਰਕਾਰਾਂ ਬਦਲਣਗੀਆਂ। ਅਸੀਂ ਵੀ ਸਮਾਜ ਹੀ ਬਦਲਾਂਗੇ ਤੇ ਸਰਕਾਰਾਂ ਬਦਲਣਗੀਆਂ। ਜਿਹਦੇ ਤੱਕ ਕਈ ਹੋਣਾ, ਹੁਣ ਕਿਸਾਨਾਂ ਦਾ ਨਹੀਂ ਚੱਲ ਰਿਹਾ, ਆਰਡੀਨੈਂਸ ਆਇਆ, ਬਿੱਲ ਪਾਸ ਹੋ ਰਹੇ ਨੇ, ਕਿੰਨਾ ਰੌਲਾ ਆਲੇ ਦੁਆਲੇ ਚੱਲਦਾ ਕਿਸਾਨਾਂ ਦਾ, ਖਲਾਰਾ ਪਿਆ ਹੋਇਆ, ਤੇ ਬਿੱਲ ਵੀ ਪਾਸ ਹੋ ਗਏ। ਪੰਜਾਬ ਦੇ ਵਿੱਚ, ਸਾਰੇ ਦੇਸ਼ ਵਿੱਚ ਕਹਿੰਦੇ ਆੜਤੀਆ ਸਿਸਟਮ ਖਤਮ ਹੋ ਜਾਣਾ, ਕਹਿੰਦੇ ਵਿਚੋਲਾ ਨਹੀਂ ਰਹੂ ਕੋਈ, ਇਹਦਾ ਫਾਇਦਾ ਹੋਣਾ। ਵਿਚੋਲਾ ਨਹੀਂ ਕਹਿੰਦੇ ਹੋਣਾ ਤੇ ਫਾਇਦਾ ਹੋਣਾ, ਪਰ ਜਿਹੜੇ ਬੰਦੇ ਜਾਣਦੇ ਨੇ ਇਸ ਨੁਕਤੇ ਨੂੰ, ਉਹ ਕਹਿੰਦੇ ਬਈ ਆੜਤੀਆਂ ਤੋਂ ਬਿਨਾਂ ਤੇ ਵੈਸੇ ਹੀ ਨਹੀਂ ਚੱਲਦਾ, ਸਾਡੇ ਆਮ ਜ਼ਿਮੀਦਾਰਾਂ ਦਾ ਕੰਮ ਤੇ ਚੱਲਦਾ ਹੀ ਨਹੀਂ। ਕਦੇ 5000 ਫੜ ਲੈ, ਕਦੇ 10000 ਫੜ ਲੈ, ਇਕੱਠਾ 4 ਫੜਾ ਦੇ ਤੇ ਉਦੋਂ ਹੀ ਉੱਜੜ ਜਾਣਾ। ਫਸਲ ਬਾਅਦ 'ਚ ਆਉਂਦੀ, ਅਗਲਾ ਪਹਿਲਾਂ ਲੈ ਕੇ ਪੈਸੇ ਵਰਤੀ ਬੈਠਾ ਹੁੰਦਾ, ਭਾਵੇਂ ਵਿਆਜੂ ਜਿਵੇਂ ਵੀ ਚੱਲਦਾ। ਸਾਡੀ ਸਿਸਟਮ ਹੈ ਜਿਹੜਾ ਉਹ ਆੜਤੀਆਂ ਦੇ ਨਾਲ ਹੀ ਚੱਲਦਾ, ਢਾਂਚਾ ਹੀ ਇੱਦਾਂ ਦਾ ਬਣਿਆ ਹੋਇਆ, ਕਈ ਸਾਲਾਂ ਤੋਂ ਇੱਦਾਂ ਹੀ ਹੈ ਪੰਜਾਬ ਦਾ ਸਿਸਟਮ। ਪਰ ਜੇ ਹੁਣ ਇਹ ਹੋ ਗਿਆ ਵੀ ਇਹ ਖਤਮ ਹੋ ਗਿਆ, ਵਿੱਚੋਂ ਵੱਡੀਆਂ ਕੰਪਨੀਆਂ ਫਸਲਾਂ ਖਰੀਦਣਗੀਆਂ ਸਿੱਧੀਆਂ, ਤੇ ਦੱਸਣ ਵਾਲੇ ਦੱਸਦੇ ਹੈ ਵੀ ਜੇ ਉਹਨਾਂ ਨੇ ਸਿੱਧੀਆਂ ਫਸਲਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ, ਇੱਕ ਦੋ ਵਾਰੀ ਰੇਟ ਵਧੀਆ ਲਾਣਗੇ, ਮੁੜ ਕੇ ਮਰਜ਼ੀ ਕਰਨਗੇ। ਅਸਾਮ ਦੇ ਵਿੱਚ ਚਾਹ ਦੀ ਖੇਤੀ ਵੀ ਇੱਦਾਂ ਹੀ ਹੋਈ ਸੀ, ਕੰਪਨੀਆਂ ਜਦੋਂ ਵਿੱਚ ਵੜ ਗਈਆਂ, ਫਿਰ ਆਪਣਿਆਂ ਖੇਤਾਂ ਦੇ ਵਿੱਚ, ਆਪਣਿਆਂ ਖੇਤਾਂ ਦੇ ਵਿੱਚ ਉੱਥੋਂ ਦੇ ਜ਼ਿਮੀਂਦਾਰ ਮਜ਼ਦੂਰ ਬਣ ਗਏ ਸੀ, ਆਪਣੇ ਖੇਤਾਂ 'ਚ ਮਜ਼ਦੂਰ ਬਣ ਗਏ। ਤੇ ਜੇ ਇੱਥੇ ਇਹ ਬਿੱਲ ਆਉਂਦੇ ਹੈ, ਕਹਿੰਦੇ ਇਹਦੇ ਨਾਲ ਕਿਸਾਨ ਜਿਹੜਾ ਆ ਉਹਦਾ ਬੜਾ ਨੁਕਸਾਨ ਹੋ ਸਕਦਾ। ਵੇਖੋ, ਆਪਾਂ ਨੂੰ ਦੱਸਿਆ ਇੱਕ ਗੱਲ ਤੇ ਕਲੀਅਰ ਹੈ, ਦੇਖੋ ਭਾਵੇਂ ਕਿ ਆਪਾਂ ਇਹ ਵੀ ਹਮੇਸ਼ਾ ਗੱਲ ਕਰਦੇ ਹਾਂ ਵੀ ਅਸੀਂ ਜ਼ਿਮੀਂਦਾਰ ਭਰਾਵਾਂ ਨੂੰ ਵੀ ਕਹੀਦਾ ਵੀ ਅੱਡੀਆਂ ਚੱਕ ਕੇ ਫਾਹੇ ਨਹੀਂ ਲੈਣੇ, ਫਾਲਤੂ ਦੇ ਸ਼ੌਂਕ ਨਹੀਂ ਪਾਲਣੇ, ਕਹਿੰਦੇ ਕਰਦੇ ਹੀ ਆਪਾਂ ਗੱਲ, ਧਿਆਨ ਰੱਖੋ। ਪਰ ਜਿਹੜਾ ਨਾ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕਿਸਾਨ ਭਾਰਤ ਦੀ ਰੀੜ੍ਹ ਦੀ ਹੱਡੀ ਹੈਗਾ, ਇਹ ਮੰਨਣਾ ਪੈਣਾ। ਸਾਰੇ ਦਾ ਸਾਰਾ ਢਾਂਚਾ ਹੈ ਨਾ ਜਿਹੜਾ, ਕਿਸਾਨੀ ਹੈ ਜਿਹੜੀ ਸਾਡੀ, ਬਾਕੀ ਇਹਦੇ 'ਚ ਕੋਈ ਸ਼ੱਕ ਨਹੀਂ, ਇਹ ਮਿੱਟੀ ਦਾ ਕੰਮ ਹੈ, ਇਹ ਲਿਬੜਨ ਵਾਲਾ ਕੰਮ ਹੈ, ਇਹ ਮਿਹਨਤ ਦਾ ਕੰਮ ਹੈ। ਸਾਰੇ ਕਿੱਤਿਆਂ ਦੇ ਵਿੱਚੋਂ ਇਹ ਜਿਹੜਾ ਕੰਮ ਹੈ ਨਾ, ਜਿਹੜਾ ਇਹ ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਣ ਵਾਲਾ ਕੰਮ, ਬਾਹਰਲਾ ਜੇ ਸਿਸਟਮ ਨਹੀਂ ਨਾ ਅਜੇ ਆਇਆ ਵੀ ਡ੍ਰਿਪ ਡ੍ਰਿਪ ਇੱਕ ਇੱਕ ਬੂੰਦ ਬੂੰਦ ਪਾਣੀ ਦੀ ਪਈ ਜਾਂਦੀ, ਆਪੇ ਹੀ ਫਸਲਾਂ, ਸਾਰਾ ਸਿਸਟਮ ਸਾਡੇ ਤੇ ਇੱਥੇ ਹੈ ਨਹੀਂ, ਸਾਡੇ ਤੇ ਆਪੇ ਖੇਤੀਆਂ ਕਰਨੀਆਂ ਪੈਣੀਆਂ ਨੇ, ਸਾਰਾ ਕੁਝ ਰਾਤਾਂ ਨੂੰ ਜਾਗਣਾ ਪੈਣਾ, ਲਾਈਟ ਆਈ ਨਾ ਆਈ ਕਿੰਨਾ ਕਿੰਨਾ ਆਪਾਂ ਵੇਖਦੇ ਹਾਂ ਖੇਤਾਂ 'ਚ ਜਾਂਦੇ ਹਾਂ। ਮਤਲਬ ਬਹੁਤ ਮਿਹਨਤ ਵਾਲਾ ਕੰਮ ਹੈ ਜਿਹੜਾ ਜ਼ਿਮੀਂਦਾਰਾਂ ਦਾ ਕੰਮ ਹੈ। ਤੇ ਜਿੱਥੇ ਸਾਡੇ ਕੀ ਹੁੰਦਾ ਹੈ, ਵੱਡੇ ਵਪਾਰੀਆਂ ਬਾਰੇ ਸੋਚਿਆ ਜਾਂਦਾ, ਵੱਡੀਆਂ ਸਰਕਾਰਾਂ ਨੇ ਵੱਡਿਆਂ ਵਪਾਰੀਆਂ ਬਾਰੇ ਸੋਚਣਾ ਹੈ। ਵੱਡਿਆਂ ਵਪਾਰੀਆਂ ਨੇ ਕੀ ਕਰਨਾ, ਉਹਨਾਂ ਨੇ ਤਾਂ 2000 ਕਰੋੜ ਫੰਡ ਦੇ ਦਿੱਤਾ, ਪਾਰਟੀ ਫੰਡ 2000 ਕਰੋੜ, ਮਾਫ ਕਰਨਾ 2 ਲੱਖ ਕਰੋੜ, 2 ਲੱਖ ਕਰੋੜ ਪਾਰਟੀ ਫੰਡ। ਤੇ ਫਿਰ ਉਹਨਾਂ ਨੇ ਫਾਇਦਾ ਕਿਹਦਾ ਸੋਚਣਾ ਹੁੰਦਾ, ਵੱਡੇ ਵਪਾਰੀਆਂ ਦਾ, ਵੱਡੀਆਂ ਕੰਪਨੀਆਂ ਦਾ। ਹੁਣ ਵੱਡੀਆਂ ਕੰਪਨੀਆਂ ਵੱਡੇ ਵਪਾਰੀਆਂ ਦਾ ਫਾਇਦਾ ਹੁੰਦਾ, ਆਮ ਬੰਦਿਆਂ ਦਾ ਕਚੂੰਬਰ ਨਿਕਲ ਜਾਂਦਾ, ਦੱਸਿਆ ਇਹ ਜਾ ਰਿਹਾ। ਉੱਧਰ ਵਾਲਾ ਪਾਸਾ ਕਹਿੰਦਾ ਹੈ ਕਿ ਇਹਦਾ ਜੀ ਅਖੇ ਫਾਇਦਾ ਹੋਣਾ, ਤੁਹਾਨੂੰ ਇਹ ਤੁਹਾਡੇ ਹਿੱਤਾਂ 'ਚ ਹੈ, ਤੁਹਾਡਾ ਫਾਇਦਾ ਹੋਣਾ। ਤੇ ਮੈਂ ਇੱਥੇ ਇਹ ਗੱਲ ਕਹਿਣੀ ਚਾਹਾਂਗਾ, ਜਿਹੜੇ ਬੰਦੇ ਜਾਣਕਾਰ ਨੇ, ਸਿੱਖ ਜਾਂ ਹੋਰ ਵੀ ਜਿਹੜੇ ਵੀ ਮਾਹਰ ਨੇ, ਇਸ ਸਬਜੈਕਟ ਦੇ ਮਾਹਰ ਨੇ ਨਾ ਚੰਗੀ ਤਰ੍ਹਾਂ, ਜਿਹੜੇ ਇਸ ਕੰਮ ਦੀਆਂ ਬਰੀਕੀਆਂ ਜਾਣਦੇ ਆ, ਔਰ ਤੱਥ ਨੇ ਜਿੰਨਾ ਕੋਲ, ਯੂਨੀਵਰਸਿਟੀਆਂ 'ਚ ਪੜ੍ਹਦੇ ਐ, ਪੜ੍ਹਾਉਂਦੇ ਐ, ਮੰਤਰੀ ਐ, ਬਰੀਕੀ ਜਾਣਦੇ ਆ ਜਿਹੜੇ, ਮੇਰੀ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਉਹ ਆਪਣੀ ਚੁੱਪੀ ਤੋੜ ਕੇ ਸਹੀ ਜਾਣਕਾਰੀ ਸਮਾਜ ਦੇ ਸਾਹਮਣੇ ਰੱਖਣ। ਡਰੋ ਨਾ, ਜੇ ਗਲਤ ਹੋਣਾ ਹੈ ਤੇ ਬਾਅਦ 'ਚ ਨਾ ਕਹੋ, ਅੱਜ ਦੱਸੋ।
ਇਹ ਦੱਸਣਾ ਉਹਨਾਂ ਦਾ ਅੱਜ ਫਰਜ਼ ਬਣਦਾ ਕਿਉਂਕਿ ਹੁਣ ਆਪਾਂ ਇਹਨਾਂ ਵਿਸ਼ਿਆਂ ਤੇ ਗੱਲ ਕਰੀਏ ਸਾਡਾ ਇਹ ਸਬਜੈਕਟ ਨਹੀਂ ਸਾਨੂੰ ਜੇ ਜਾਣਕਾਰੀ ਹੈ ਤੇ ਆਲੇ ਦੁਆਲੇ ਤੋਂ ਹੀ ਮਿਲ ਰਹੀ ਹੈ ਨਾ ਸਾਨੂੰ ਪ੍ਰੋਪਰ ਨਹੀਂ ਦਾ ਪਤਾ ਇਹਨਾਂ ਵਿਸ਼ਿਆਂ ਤੇ ਪਰ ਇਹਨਾਂ ਵਿਸ਼ਿਆਂ ਦੇ ਜਿਹੜੇ ਮਾਹਰ ਬੰਦੇ ਨੇ ਉਹਨਾਂ ਨੂੰ ਖੁੱਲ ਕੇ ਆਪਣੀ ਗੱਲ ਕਹਿਣੀ ਚਾਹੀਦੀ ਹੈ ਵੀਡੀਓ ਬਣਾਓ ਚੈਨਲਾਂ ਤੇ ਜਾਓ ਪ੍ਰੋਫੈਸਰ ਨੇ ਜਿਹੜੇ ਡਰਨ ਨਾ ਕੈਮ ਹੋ ਕੇ ਗੱਲ ਦੱਸਣ ਤਾਂ ਜੋ ਆਮ ਲੋਕਾਂ ਨੂੰ ਭੋਲਿਆਂ ਲੋਕਾਂ ਨੂੰ ਡਾਇਰੈਕਸ਼ਨ ਮਿਲ ਸਕੇ ਤੇ ਜ਼ਿਮੀਦਾਰ ਵੀ ਕਿਸਾਨ ਭਰਾਵਾਂ ਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਭਰਾਵੋ ਗੁਰੂ ਨਾਨਕ ਵੀ ਕਿਸਾਨ ਹੈ ਭਾਵੇਂ ਕਿ ਸਾਡੇ ਲੋਕਾਂ ਨੇ ਉਹਨੂੰ ਗੁਰੂ ਨਾਨਕ ਨੂੰ ਅੱਜ ਇੱਕ ਖੁੰਡ ਚਰਚਾ ਤੇ ਬੈਠੇ ਨਹੀਂ ਗੱਲ ਕਰਦੇ ਸੀ ਕਹਿੰਦੇ ਗੁਰੂ ਨਾਨਕ ਸੀ ਕਿਰਤੀ ਤੇ ਬਾਬਿਆਂ ਤੋਂ ਕਿਰਤੀ ਬਣਿਆ ਨਹੀਂ ਸੀ ਜਾਣਾ ਹਲਵਾਇਆ ਨਹੀਂ ਸੀ ਜਾਣਾ ਕਈਆਂ ਚਲਾ ਨਹੀਂ ਸੀ ਹੋਣੀਆਂ ਗੁਡਾਈਆਂ ਹੋਣੀਆਂ ਨਹੀਂ ਸੀ ਇਹਨਾਂ ਨੇ ਗੁਰੂ ਨਾਨਕ ਵਰਗਾ ਇਹਨਾਂ ਨੂੰ ਪਤਾ ਸੀ ਬਣਿਆ ਨਹੀਂ ਜਾਣਾ ਇਹਨਾਂ ਨੇ ਗੁਰੂ ਨਾਨਕ ਨੂੰ ਹੀ ਆਪਣੇ ਵਰਗਾ ਬਣਾ ਲਿਆ ਬਈ ਗੋਲ ਏਦਾਂ ਸੋਹਣਾ ਚਿਹਰਾ ਦਾੜੀ ਐ ਤੇ ਸਰਾਣਾ ਲਾਇਆ ਹੋਇਆ ਪੂਰਾ ਐ ਸੇਬ ਪਏ ਐ ਕੇਲੇ ਪਏ ਐ ਐ ਪੂਰਾ ਬਾਬਾ ਵੀ ਆਪਣੇ ਬਈ ਸਾਡੇ ਤੋਂ ਤੇ ਹਲਵਾਇਆ ਨਹੀਂ ਜਾਣਾ ਐ ਕਰੋ ਗੁਰੂ ਨਾਨਕ ਨੂੰ ਹੀ ਆਪਣੇ ਵਰਗਾ ਬਣਾ ਲਓ ਗੁਰੂ ਨਾਨਕ ਦੀ ਫੋਟੋ ਹੁਣ ਆਇਆ ਜਿਵੇਂ ਬਾਬਾ ਹੁੰਦਾ ਕੋਈ ਵੀ ਮੇਰੇ ਵੀ ਗਲ 'ਚ ਮਾਲਾ ਹੈ ਬਾਬਾ ਜੀ ਦੇ ਗਲ 'ਚ ਵੀ ਪਾ ਦਿਓ ਮੈਂ ਗੜਵਾ ਰੱਖਦਾ ਬਾਬੇ ਨੂੰ ਵੀ ਫੜਾ ਦਿਓ ਮੇਰੇ ਕੋਲ ਸੇਬ ਕੇਲੇ ਪਏ ਐ ਬਾਬਾ ਜੀ ਕੋਲ ਵੀ ਰੱਖ ਦਿਓ ਮੇਰੇ ਪਿੱਛੇ ਸਰਾਣਾ ਲੱਗਿਆ ਬਾਬਾ ਜੀ ਦੇ ਵੀ ਲਾ ਦਿਓ ਮੈਂ ਵਧੀਆ ਬੈੱਡ ਤੇ ਬੈਠਦਾ ਬਾਬਾ ਜੀ ਵੀ ਬਹਿ ਜਾਣਗੇ ਮਤਲਬ ਅਸੀਂ ਗੁਰੂ ਨਾਨਕ ਨੂੰ ਆਪਣੇ ਵਰਗਾ ਬਣਾ ਲਈਏ ਕਿਉਂਕਿ ਜੇ ਗੁਰੂ ਨਾਨਕ ਹਲ ਵਾਹੁੰਦਾ ਹੋ ਗਿਆ ਤੇ ਸਾਨੂੰ ਫਿਰ ਵਾਹਣਾ ਪਾਉਣਾ ਕਿ ਨਹੀਂ ਅਗਲਾ ਕੋਈ ਤੇਰਾ ਬਾਬਾ ਦੇ ਹਲ ਵਾਹੁੰਦਾ ਤੂੰ ਨਹੀਂ ਵਾਹੁੰਦਾ ਗੁਰੂ ਨਾਨਕ ਨੂੰ ਪਿਕਚਰ ਗੁਰੂ ਨਾਨਕ ਦੀ ਕਿੱਦਾਂ ਦੀ ਵਿਖਾਈ ਜਿੱਦਾਂ ਦੇ ਬਾਬੇ ਆਪ ਸੀ ਪਰ ਅਸਲ 'ਚ ਸਾਡਾ ਬਾਬਾ ਇੱਕ ਕਿਸਾਨ ਸੀ ਇੱਕ ਖੇਤੀ ਕਰਨ ਵਾਲਾ ਇੰਨੇ ਕਿੱਤੇ ਕੀਤੇ ਹਾਲਾਂਕਿ ਉਹਨਾਂ ਨੇ ਵਪਾਰੀ ਵੀ ਬਣੇ ਚੰਗੇ ਵਪਾਰੀ ਚੰਗੀ ਹੱਟੀ ਵੀ ਚਲਾਈ ਹੈ ਕੰਮ ਵੀ ਕੀਤਾ ਨਾ ਬਿਜ਼ਨਸ ਵੀ ਕੀਤਾ ਤੇ ਨਾਲ ਉਹਨਾਂ ਨੇ ਖੇਤੀ ਕੀਤੀ ਮਤਲਬ ਸਾਰੇ ਕੰਮ ਹੀ ਪੂਰੇ ਰਹੇ ਆਹ ਵੀ ਕੀਤਾ ਆਹ ਵੀ ਕੀਤਾ ਕੋਈ ਕਸਰ ਨਹੀਂ ਛੱਡੀ ਪਰ ਅਸਲ ਰੂਪ ਜਿਹੜਾ ਗੁਰੂ ਨਾਨਕ ਦਾ ਉਹ ਕਿਰਤ ਵਾਲਾ ਹੈ ਕੰਮ ਵਾਲਾ ਹੈ ਤੇ ਜਿਹੜੇ ਜਿਹੜੇ ਬੰਦੇ ਮਾਹਰ ਨੇ ਜਾਣਕਾਰ ਨੇ ਉਹਨਾਂ ਨੂੰ ਪ੍ਰੋਪਰ ਇਸ ਉੱਤੇ ਸਟੇਟਮੈਂਟ ਦੇਣੀ ਚਾਹੀਦੀ ਹੈ ਖੁੱਲ੍ਹ ਕੇ ਦੱਸਣਾ ਚਾਹੀਦਾ ਤੇ ਕਿਸਾਨਾਂ ਨੂੰ ਬੇਨਤੀ ਕਰਦਾ ਵੀਰਾਂ ਨੂੰ ਵੀ ਇੱਕ ਗੱਲ ਦਾ ਧਿਆਨ ਰੱਖਿਓ ਧਰਨੇ ਲਾਉਣੇ ਮੁਜ਼ਾਹਰੇ ਕਰਨੇ ਇਹ ਠੀਕ ਹੈ ਪਰ ਕਈ ਵਾਰੀ ਆਗੂ ਨਾ ਧਰਨੇ ਬੜੇ ਮਹਿੰਗੇ ਵੇਚ ਜਾਂਦੇ ਆ ਵਿਕ ਜਾਂਦੇ ਆ ਉਹ ਆਪ ਨਹੀਂ ਨਾ ਵਿਕਦੇ ਆਪ ਤੇ ਉਹਦੀ ਕੀਮਤ ਕੋਈ ਨਹੀਂ ਉਹ ਫਿਰ ਕਹਿੰਦੇ ਆ ਵੇਖ ਮੇਰੇ ਮਗਰ 5000 ਬੰਦਾ ਹੈ ਉਹ ਫਿਰ ਧਰਨਾ ਧਰਨੇ ਵੀ ਵੇਚ ਦਿੰਦੇ ਆ ਜੀ ਮਹਿੰਗੇ ਜਿੱਡਾ ਇਕੱਠ ਕਰ ਲੈਣ ਉੱਡਾ ਮਹਿੰਗਾ ਵੇਚਦੇ ਆ ਮੈਂ ਕਿਸਾਨ ਭਰਾਵਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਸ ਗੱਲ ਤੋਂ ਜ਼ਰੂਰ ਬਚ ਕੇ ਰਿਹੋ ਵੀ ਅਗਲੇ ਮਿਹਨਤ ਜਿੱਥੇ ਕਰਨੀ ਹੈ ਪਰ ਡਿਟੇਲ 'ਚ ਜਾਣਾ ਅੰਦਰ ਬਹਿ ਕੇ ਕੋਈ ਫੈਸਲੇ ਨਾ ਕਰ ਜਾਣ ਨਹੀਂ ਤੇ ਜ਼ਿਆਦਾਤਰ ਜਿੰਨੇ ਧਰਨੇ ਚੱਲਦੇ ਆ ਉਹ ਬੰਦੇ ਧਰਨੇ ਵੇਚਦੇ ਆ ਅਗਲਾ ਕਹਿੰਦਾ 5000 ਬੰਦਾ ਨਹੀਂ ਨਾ ਖਰੀਦਣਾ ਇੱਕ ਖਰੀਦ ਲਓ ਬਾਕੀ ਨੂੰ ਤੇਨੇ ਆਪੇ ਚੁੱਪ ਕਰਾ ਲੈਣਾ ਲੱਕ ਤੋੜ ਦਿੰਦੇ ਆ ਅਗਲੇ ਪਰ ਇਸ ਗੱਲ ਦਾ ਖਿਆਲ ਰੱਖੋ ਬਾਕੀ ਜਿੰਨੇ ਵੀ ਵੀਰ ਭਰਾ ਸਮਝਦੇ ਆ ਇਹਨਾਂ ਗੱਲਾਂ ਨੂੰ ਇਸ ਵਿਸ਼ੇ ਉੱਤੇ ਆਪਣਾ ਓਪੀਨੀਅਨ ਜ਼ਰੂਰ ਦਿਓ ਤਾਂ ਜੋ ਇਹ ਖਲਾਰਾ ਪਿਆ ਬਹੁਤ ਰੌਲਾ ਪਿਆ ਵੱਡੀ ਗੱਲ ਇਹ ਨੈਗੇਟਿਵਿਟੀ ਬਹੁਤ ਆ ਰਹੀ ਹੈ ਮੈਂ ਕੱਲ੍ਹ ਮਾਨਸਾ ਦੇ ਵੀਰਾਂ ਨੂੰ ਮਿਲਿਆ ਉਹਨਾਂ ਨਾਲ ਵੀ ਮੈਂ ਗੱਲ ਇਹੀ ਕਰਦਾ ਸੀ ਮੈਂ ਕਿਹਾ ਨੈਗੇਟਿਵ ਤੇ ਨਾ ਹੋਵੋ ਯਾਰ ਪੋਜ਼ਿਟਿਵ ਤੇ ਰਹਿਣਾ ਪੈਣਾ ਵਿਚਾਰੇ ਤੇ ਨਹੀਂ ਨਾ ਬਣ ਜਾਣਾ ਫਿਰ ਜੇ ਹੁਣ ਇੰਨਾ ਧੱਕਾ ਹੋ ਰਿਹਾ ਪਰ ਵਿਚਾਰੇ ਥੋੜ੍ਹਾ ਬਣਨਾ ਆਪਣੇ ਆਪ ਨੂੰ ਪੋਜ਼ਿਟਿਵ ਤੇ ਰੱਖਣਾ ਪੈਣਾ ਪਰ ਨਹੀਂ ਨਾ ਰਹਿ ਹੁੰਦਾ ਸਾਰੇ ਬੰਦਿਆਂ ਤੋਂ ਫਿਰ ਗਿਰ ਜਾਂਦਾ ਵੀ ਯਾਰ ਕੀ ਰਹੂਗਾ ਸਾਡੇ ਪੱਲੇ ਕੀ ਫਿਰ ਉੱਥੇ ਹੀ ਆ ਜਾਂਦਾ ਇਹਦੇ ਨਾਲ ਸਾਰੇ ਸਮਾਜ ਵਿੱਚ ਨੈਗੇਟਿਵਿਟੀ ਆ ਰਹੀ ਹੈ ਵਿਚਾਰੇ ਬਣ ਰਹੇ ਆ ਜਿਸ ਕਰਕੇ ਲੋਕਾਂ ਨੂੰ ਖੜੇ ਰੱਖਣਾ ਪੈਣਾ ਮੋਟੀਵੇਟ ਕਰਨਾ ਪੈਣਾ ਹਿੰਮਤ ਨਹੀਂ ਹਾਰਨੀ ਇਹ ਕਰਨਾ ਪੈਣਾ ਲੜਾਈ ਕੋਈ ਵੀ ਲੜਨੀ ਹੋਵੇ ਜੇ ਬੰਦਾ ਆਪ ਹੀ ਹਿੰਮਤ ਹਾਰ ਜੇ ਫਿਰ ਤੇ ਆਪ ਹੀ ਹਾਰ ਗਿਆ ਆਪਣੇ ਇੱਥੇ ਤੇ ਜਿੱਤਣੀ ਪੈਂਦੀ ਹੈ ਫਿਰ ਹੀ ਬਾਹਰ ਜਿੱਤ ਜਾਣੀ ਪਹਿਲਾਂ ਇੱਥੇ ਲੜਾਈ ਜਿੱਤਣੀ ਪੈਂਦੀ ਹੈ ਤਾਂ ਕਰਕੇ ਜਿੰਨੇ ਮਾਹਰ ਵੀਰ ਹੈ ਸਮਝਦਾਰ ਹੈ ਉਹ ਵੀਡੀਓ ਬਣਾ ਕੇ ਪਰਫੈਕਟ ਜਾਣਕਾਰੀ ਦੇਣ ਪੂਰੀ ਜਾਣਕਾਰੀ ਦੇਣ ਸਾਰੀ ਦੀ ਸਾਰੀ ਗੱਲ ਸਮਝਾਓ ਵੀ ਆਹ ਗੱਲ ਹੈ ਜੀ ਇੱਦਾਂ ਚੱਲਿਆ ਤੇ ਕਰਨਾ ਵੀਰੋ ਭਰਾਵੋ ਆਪ ਪੈਣਾ ਇਹ ਢਾਂਚਾ ਹੈ ਨਾ ਜਿਹੜਾ ਜੇ ਅਸੀਂ ਕਹੀਏ ਵੀ ਇੱਦਾਂ ਦਾ ਕੁਝ ਹੋ ਗਿਆ
ਇਹ ਜੋ ਜੋ ਕੁਝ ਇਦਾਂ ਕਰਦੇ ਨੇ ਇਹ ਸਾਡਾ ਹਿੱਸਾ ਨੇ, ਸਮਾਜ ਦਾ ਹੀ ਹਿੱਸਾ ਨੇ। ਜੇ ਸਰਕਾਰ ਹੈ ਤੇ ਸਰਕਾਰ ਵੀ ਸਾਡਾ ਹੀ ਪਾਰਟ ਬਣੀ ਹੈ ਨਾ, ਸਾਡੇ ਹੀ ਬੰਦੇ ਨੇ ਤੇ ਅਸੀਂ ਬਦਲਾਂਗੇ ਤਾਂ ਇਹ ਸਿਸਟਮ ਬਦਲਣਾ। ਅਸੀਂ ਜੇ ਮਣ ਜਾ ਕਾਇਮ ਹੋਵਾਂਗੇ, ਅਸੀਂ ਕਹੀਏ ਜਿੰਨੇ ਵੀਰ ਕਿਸਾਨ ਨੇ ਜਰਾ ਕੁ ਸੁਣ ਲਓ, ਅਸੀਂ ਵੀ ਕਹਿੰਦੇ ਹਾਂ ਯਾਰ ਜਦੋਂ ਸਰਕਾਰਾਂ ਬਣਦੀਆਂ ਨੇ, ਜਦੋਂ MLA ਤੇ MP ਬਣਦੇ ਨੇ, ਅਗਲਾ ਬੋਤਲ ਬੋਤਲ ਦੇ ਕੇ ਡੱਬਾ 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 ਲੈ ਲੈਂਦਾ ਅਗਲਾ ਸ਼ਰਾਬ ਦਾ, ਤੇ ਅਗਲਾ ਕਹਿੰਦਾ ਚੱਲ ਯਾਰ 4 ਮਹੀਨੇ ਮੌਜਾਂ ਕਰਾਂਗੇ ਪਾ ਦਿਓ। ਸਰਪੰਚ ਦੇ ਮੂੰਹ ਨੂੰ ਵੇਖ ਕੇ ਵੋਟਾਂ ਪਾਈਆਂ ਜਾਂਦੀਆਂ, ਨਾ ਕਿ ਇਹ ਵੇਖਿਆ ਜਾਂਦਾ ਵੀ ਬੰਦਾ ਕਰੂ ਸਾਡੇ ਲਈ ਕੀ, ਇਹ MP ਹੈ ਸਾਡੇ ਲਈ ਕਰੂ ਕੀ, ਇਹ ਗੱਲ ਕਰੂ ਸਾਡੀ ਜਾ ਕੇ ਉੱਥੇ, ਇਹ MLA ਹੈ ਸਾਡੀ ਗੱਲ ਕਰੂ। ਅਗਲਾ ਕਹਿੰਦਾ ਸਰਪੰਚ ਸਾਹਿਬ ਨੇ ਕਿਹਾ ਚਲੋ ਯਾਰ ਚੱਲੀਏ, ਐ ਐ ਕਹਿ ਕੇ ਸਰਪੰਚ ਦੇ ਮੂੰਹ ਨੂੰ ਵੋਟ ਪਾਉਂਦੇ ਆ, ਨਾ ਕਿ ਆਪਣੇ ਕੰਮ ਵੇਖ ਲਓ ਵੀ ਬੰਦਾ ਠੀਕ ਕਿਹੜਾ ਗਲਤ ਕਿਹੜਾ ਕੋਈ ਨਹੀਂ ਵੇਖਦਾ। ਅਗਲਾ ਕਹਿੰਦਾ ਚੱਲ ਯਾਰ, ਸਰਪੰਚ ਸਾਹਿਬ ਨੇ ਕਿਹਾ ਵੀ ਇੱਥੇ ਮੋਹਰ ਲਾ ਦਿਓ, ਚਲੋ ਲਾ ਦਿਓ, ਲੋਕ ਸੱਚੀ ਪਿੰਡਾਂ ਜਿੰਦਾ ਨੇ। ਤੇ ਜਦੋਂ ਅਗਲਾ ਕਰਦਾ ਫਿਰ ਧੱਕਾ, ਫਿਰ ਅਸੀਂ ਰੌਲਾ ਪਾਉਣਾ ਹੀ ਪਾਉਣਾ। ਤਾਂ ਕਰਕੇ ਮਾੜਾ ਜਿਹਾ ਨਾ ਆਪ ਅਵੇਅਰ ਹੋ ਗਏ, ਸਾਡਾ ਕਸੂਰ ਵੀ ਕਿਤੇ ਨਾ ਕਿਤੇ ਹੈਗਾ, ਅਸੀਂ ਮੁੜ ਕੇ ਫਿਰ ਪਛਤਾਉਂਦੇ ਰਹਿੰਦੇ। ਮੈਨੂੰ ਤਾਂ ਮੈਂ ਕਹਿੰਦਾ ਮੈਨੂੰ 30 ਸਾਲ ਹੋ ਗਏ ਸੁਣਦੇ ਨੂੰ, ਗਲੀਆਂ ਨਾਲੀਆਂ ਦਾ ਮਸਲਾ ਲੈ ਕੇ, ਗਲੀਆਂ ਨਾਲੀਆਂ ਪੱਕੀਆਂ ਕਰਦੇ ਆ ਜੀ। ਮੈਂ ਕਹਿੰਦਾ ਵੀ ਇਹ 40 ਸਾਲ ਦੀਆਂ ਇਹਨਾਂ ਦੀਆਂ ਗਲੀਆਂ ਨਾਲੀਆਂ ਨਹੀਂ ਬਣੀਆਂ, ਤੁਹਾਡੀ ਲਾਈਟ 24 ਘੰਟੇ ਕਰਾ ਦਿਆਂਗੇ ਜੀ। ਅਜੇ ਵੀ ਆਹ ਮੁੱਦੇ ਚੱਲ ਰਹੇ ਹੈ, 40 ਸਾਲ ਹੋ ਗਏ ਅਜੇ ਵੀ ਇਹੀ ਮੁੱਦੇ, ਜਿਵੇਂ ਆਟਾ ਦਾਲ ਕਰਾ ਦਿਆਂਗੇ ਜੀ, ਦਾਲ ਫਰੀ ਜੀ, ਇੰਨੇ ਦੀ ਦਾਲ 100 ਰੁਪਈਏ ਦੀ, ਮਤਲਬ ਬੜੇ ਖੁਸ਼ ਹੋ ਜਾਂਦੇ ਆ, ਭੇਡਾਂ ਬੜੀਆਂ ਖੁਸ਼। ਕਹਿੰਦੇ ਕੰਬਲ ਵੰਡਣ ਆ ਰਿਹਾ ਜੀ ਲੀਡਰ, ਕੰਬਲ ਵੰਡਣ ਆ ਰਿਹਾ, ਕੰਬਲ ਵੰਡਣ ਆ ਰਿਹਾ, ਚਾਹ ਚੜਿਆ ਫਿਰੇ। ਤੇ ਫਿਰ ਇੱਕ ਮੇਵਣਾ ਜਿਹਾ ਪੁੱਛਦਾ ਹੈ ਵੀ ਇਹ ਜਿਹੜੇ ਕੰਬਲ ਵੰਡਣਗੇ ਇਹ ਕੰਬਲ ਬਣਾਉਣਗੇ ਕਾਹਦੇ ਨਾਲ? ਫਿਰ ਚੇਤਾ ਆਇਆ ਵੀ ਇਹਨਾਂ ਨੇ ਉੱਨ ਤੇ ਸਾਡੀ ਹੀ ਮੁੰਨਣੀ, ਭੇਡਾਂ ਕਹਿੰਦੀਆਂ ਮੁੰਨਣਾ ਤੇ ਸਾਨੂੰ ਹੀ ਹੈ, ਕੰਬਲ ਤੇ ਉਹ ਸਾਨੂੰ ਹੀ ਮੁੰਨ ਲੈਣਾ ਇਹਨਾਂ ਨੇ ਤੇ ਸਾਨੂੰ ਹੀ ਕੰਬਲ ਵੰਡ ਦੇਣੇ ਨੇ, ਤੇ ਕਾਹਦੀ ਸੇਵਾ? ਕਈ ਚੀਜ਼ਾਂ ਆਟਾ ਦਾਲ ਜੀ, ਦਾਲਾਂ ਸਾਡੀਆਂ ਹੀ ਯਾਰ ਤੇਰੇ ਖੇਤਾਂ 'ਚ ਹੋਣਗੀਆਂ, ਦਾਲਾਂ ਤੇਰੇ ਤੋਂ ਹੀ ਲੈ ਲੈਣਗੀਆਂ ਉਹਨਾਂ ਨੇ ਸਸਤੀਆਂ, ਮੁੜ ਕੇ ਤੈਨੂੰ ਹੀ ਉਹਨਾਂ ਨੇ ਇਹੀ ਕੁਝ ਕਰ ਲੈਣਾ। ਇੱਧਰੋਂ ਘਟਾ ਦੇਣਗੇ, ਦੂਜੇ ਪਾਸੇ ਕਹਿਣਗੇ ਆ ਗਊ ਟੈਕਸ ਨਵਾਂ ਲਾਤਾ, ਆਹ ਬਿੱਲ 'ਚ ਹੋਰ ਪਾ ਕੇ ਭੇਜ ਦੇਣਾ ਉਹਨਾਂ ਨੇ, ਆਪਾਂ ਖੁਸ਼ ਹੋਣਾ, ਆਪਾਂ ਕਹਿਣਾ ਖੇਤਾਂ ਦੀ ਬਿਜਲੀ ਬਾਪ ਉਹਨਾਂ ਨੇ ਘਰ ਭੇਜ ਦੇਣਾ, ਤੇਰਾ ਅੱਗੇ 500 ਸੀ ਹੁਣ 1000 ਕਰ ਦੇਣਾ, ਆਪਾਂ ਚੌੜੇ ਹੋਏ ਫਿਰਦੇ ਆ, ਖੇਤ ਦਾ ਬਿੱਲ ਤੇ ਨਹੀਂ ਨਾ ਆਉਂਦਾ, ਉਹਨਾਂ ਨੇ ਘਰ ਵਾਲੇ 'ਚ 500 ਹੋਰ ਠੋਕਤਾ, ਛੱਡਣਗੇ ਕਿਤੇ? ਉੱਧਰੋਂ ਨਹੀਂ ਤੇ ਦੂਜੇ ਪਾਸਿਓਂ ਲੈ ਲੈਣਗੇ। ਤੇ 3 ਸਾਲਾਂ 'ਚ ਜਿੰਨਾ ਚਿਰ ਸਮਾਜ ਨਹੀਂ ਬਦਲਦਾ ਲੀਡਰਸ਼ਿਪ ਕਿਵੇਂ ਬਦਲੇ? ਤਾਂ ਕਰਕੇ ਜਿੰਨੇ ਬਿੱਲ ਆਉਣੇ ਹੈ, ਜੋ ਕੁਝ ਵੀ ਹੋਣਾ ਅਗਲਿਆਂ ਨੇ ਕਰਨਾ ਹੈ, ਤਾਂ ਕਰਕੇ ਸਾਨੂੰ ਅਵੇਅਰ ਹੋਣਾ ਪੈਣਾ। ਲੀਡਰਸ਼ਿਪ ਚਾਹੇ ਸਰਪੰਚ ਹੋਵੇ, ਚਾਹੇ MLA ਹੋਵੇ, ਚਾਹੇ MP ਹੋਵੇ, ਇੱਕ ਚੀਜ਼ ਵੇਖੋ ਵੀ ਕੰਮ ਦੇ ਆਧਾਰ ਤੇ ਬੰਦੇ ਦਾ ਮੂੰਹ ਵੇਖ ਕੇ ਵੋਟ ਨਾ ਪਾਓ, ਕੰਮ ਵੇਖੋ, ਚਿਹਰੇ ਨਾ ਵੇਖੋ, ਫੇਸ ਨਾ ਵੇਖੋ, ਕੰਮ ਵੇਖੋ। ਸਾਡਾ ਕੰਮ ਹੋ ਰਿਹਾ, ਕੰਮ ਹੋਵੇ, ਡਿਵੈਲਪ ਹੋਵੇ, ਨਾਲੇ ਸਾਨੂੰ ਜੀ ਨੌਕਰੀਆਂ ਦਿਓ, ਸਾਨੂੰ ਆਟਾ ਦਾਲ ਦੀ ਭਿਖਾਰੀ ਨਾ ਬਣਾਓ, ਸਾਡੀ ਜੇਬ 'ਚ ਕੰਮ ਕਰਾਓ, ਸਾਥੋਂ ਕੰਮ ਕਰਾ ਕੇ ਸਾਡੀ ਜੇਬ 'ਚ 40,000-50,000 ਪਾਓ ਤੇ ਮੈਂ ਮਰਜ਼ੀ ਨਾਲ ਦਾਲ ਖਰੀਦ ਕੇ ਲਿਆਉਂ, ਤੂੰ ਤੇ ਛੋਲਿਆਂ ਦੀ ਦੇਣਾ, ਹੋ ਸਕਦਾ ਮੈਂ ਮਾਂਹ ਦੀ ਖਾਣੀ ਹੋਵੇ, ਹੋ ਸਕਦਾ ਮੈਂ ਹਰੀ ਮੂੰਗੀ ਖਾਣੀ ਹੋਵੇ, ਹੋ ਸਕਦਾ ਮੈਂ ਪੀਜ਼ਾ ਹੀ ਖਾਣਾ ਹੋਵੇ, ਮੈਨੂੰ ਖਰੇ ਮੈਂ ਆਟਾ ਮੈਨੂੰ ਐਲਰਜੀ ਕਰਦਾ ਹੋਵੇ, ਤੂੰ ਮੈਨੂੰ ਨੌਕਰੀ ਦੇ ਕੇ ਮੇਰੇ ਤੋਂ ਕੰਮ ਕਰਾ ਲੈ, ਮੈਨੂੰ ਦੇ ਪੈਸੇ ਤੇ ਮਰਜ਼ੀ ਦੇ, ਆਪਾਂ ਫਿਰ ਕੰਮ ਕਰਾਂਗੇ, ਹੋਏਗਾ ਕਿ ਨਹੀਂ ਆਪੇ? ਤਾਂ ਕਰਕੇ ਇਹ ਦਿਮਾਗ 'ਚ ਰੱਖਣਾ ਪੈਣਾ ਆ, ਜੋ ਅੱਜ ਹੋ ਰਿਹਾ ਇਹਦੇ ਕਿਤੇ ਨਾ ਕਿਤੇ ਕਸੂਰਵਾਰ ਅਸੀਂ ਵੀ, ਅਸੀਂ ਡੱਬਾ ਡੱਬਾ ਬੋਤਲ ਬੋਤਲ। ਯਾਰ MP ਦੀਆਂ ਇਲੈਕਸ਼ਨ ਚੱਲ ਰਹੀਆਂ ਨੇ, ਐ ਵੰਡਦੇ ਕਿ ਨਹੀਂ ਸ਼ਰਾਬਾਂ, ਮੰਨਣ ਨਾ ਮੰਨਣ ਯਾਰ ਵੰਡਦੇ ਆ। ਸ਼੍ਰੋਮਣੀ ਕਮੇਟੀ ਵਾਲੇ ਜਦੋਂ ਮੈਂਬਰ ਇਲੈਕਸ਼ਨ ਹੁੰਦੀ ਸੀ ਉਹਦੇ 'ਚ ਵੰਡ ਦਿੰਦੇ ਸੀ ਲੋਕ, ਧਰਮ ਦੇ ਵਿੱਚ ਕਿਹੜੀ MLA ਦੀ ਵੋਟ ਵੇਲੇ ਸ਼ਰਾਬਾਂ ਨਹੀਂ ਵੰਡਦੇ, ਕਿਹੜੀ MP ਦੀ ਵੋਟ ਵੇਲੇ ਸ਼ਰਾਬਾਂ ਨਹੀਂ ਵੰਡਦੇ, ਤੇ ਸ਼ਰਾਬਾਂ ਪੀ ਕੇ MP ਬਣਾਏ ਆ ਤਾਂ ਫਿਰ ਪਿੰਡ ਸਿਆਪਾ ਹੀ ਪਾਉਣਾ, ਇਹੀ ਕੁਝ ਕਰਨਾ ਉਹਨਾਂ ਨੇ ਸਾਡੇ ਨਾਲ। ਕਿਤੇ ਤੇ ਦਿਮਾਗ ਖੋਲੀਏ ਆਪਣਾ, ਧਰਨੇ ਨਾ ਵੇਚਣ ਦਿਓ, ਜੇ ਲਾਉਣੇ ਨੇ ਤੇ ਵੇਚਣ ਨਾ ਦਿਓ, ਆਗੂਆਂ ਦਾ ਬਰੀਕੀ ਨਾਲ ਧਿਆਨ ਰੱਖੋ, ਡਿਟੇਲ ਚ ਰਹੋ, ਡਿਟੇਲ ਵੇਖਿਓ, ਤੇ ਜਿਹੜੇ ਜਾਣਕਾਰ ਬੰਦੇ ਐ ਉਹਨਾਂ ਨੂੰ ਮੈਂ ਫਿਰ ਬੇਨਤੀ ਕਰਦਾ ਮਾੜਾ ਜਿਹਾ ਦਿਮਾਗ ਖੋਲੋ ਤੇ ਬਰੀਕੀਆਂ ਦੱਸੋ। ਜੇ ਮੈਨੂੰ ਪਤਾ ਹੋਵੇ ਮੈਂ ਤੇ ਸਾਰਾ ਦੀਵਾਨ ਹੀ ਇਹਦੇ ਤੇ ਲਾ ਦੇਣਾ,
है कि नहीं? सानू नॉलेज नहीं इहदे बारे, सानू इन्ना थोड़ा पता है, भी बरीकी नहीं ना पता है ये साडा, यानी कि डिटेल दे विच जिहड़े बंदे बाहर ने कित्थे कित्थे किहड़े किहड़े बिल दा किहड़ा किहड़ा नुकसान होया, किहड़े सन विच लागू कीता सी, ओह बिल दा की नुकसान होया, की फायदा होया, जिहड़े बंदे अज पढ़े लिखे ने जानकार ने दसण। सही जानकारी पब्लिक विच जानी चाहीदी है, सही जानकारी लोकां विच जानी चाहीदी है।